ਖੈਰ ਦਰਸ਼ਕੋ, ਪ੍ਰੋਗਰਾਮ ਖਬਰ ਅਤੇ ਵਿਚਾਰ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀਰਾ ਸਾਹਿਬ, ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਆਪਣੇ ਸਮੁੱਚੇ ਦੇਸ਼ ਦੇ ਵਿੱਚ ਸਿਆਸਤ ਦੇ ਖੇਤਰ ਵਿੱਚ ਰਾਫੇਲ ਸੌਦਾ ਜਿਹੜਾ, ਇਹ ਬੜਾ ਚਰਚਾ 'ਚ ਰਿਹਾ ਵਾ। ਔਰ ਅੱਜ ਇੱਕ ਨਵੀਂ ਸਨਸਨੀਖੇਜ਼ ਖਬਰ ਜਿਹੜੀ ਆ ਉਹ ਸਾਹਮਣੇ ਆਈ ਆ ਕਿ ਰਾਫੇਲ ਸੌਦੇ ਬਾਰੇ ਜਿਹੜੇ ਉਹਦੇ ਕਾਗਜ਼ਾਤ ਸੀਗੇ ਉਹ ਰੱਖਿਆ ਮੰਤਰਾਲੇ 'ਚੋਂ ਗੁੰਮ ਹੋ ਗਏ। ਇਹਨਾਂ ਕਾਗਜ਼ਾਂ ਦਾ ਗੁੰਮ ਹੋ ਜਾਣਾ, ਉਹ ਵੀ ਰੱਖਿਆ ਮੰਤਰਾਲੇ 'ਚੋਂ, ਕਿਸ ਗੱਲ ਦਾ ਸੰਕੇਤ ਕਰਦਾ? ਇਹਦੇ ਬਾਰੇ ਜਿਹੜਾ ਚਾਨਣਾ ਪਾਓ ਭਾਅ ਜੀ। ਅਸਲ ਵਿੱਚ ਤਾਂ ਸਹੀ ਮਹੀਨੇ 'ਚ ਜੇ ਆਪਾਂ ਗੱਲ ਕਰੀਏ ਕਿ ਇਹ ਇੱਕ ਡਰਾਮੇਬਾਜ਼ੀ ਹੋ ਰਹੀ ਹੈ, ਨੌਟੰਕੀ ਹੋ ਰਹੀ ਹੈ। ਰਫੇਲ ਦੇ ਜਿਹੜਾ ਸੌਦਾ ਉਹ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਆ, ਉਹਨੂੰ ਫਿਰ ਦੁਬਾਰਾ ਮੋਦੀ ਸਰਕਾਰ ਨੇ ਰਿਵਾਈਜ਼ ਕੀਤਾ, ਅਤੇ ਹੁਣ ਜਿਹੜਾ ਕਾਂਗਰਸ ਵੱਲੋਂ ਦੋਸ਼ ਲਾਏ ਜਾ ਰਹੇ ਆ ਕਿ ਇਹਦੇ ਵਿੱਚ ਦਲਾਲੀ ਦਿੱਤੀ ਗਈ ਹੈ। ਰਾਹੁਲ ਗਾਂਧੀ ਨੇ ਇਸ ਮੁੱਦੇ ਨੂੰ ਕਾਫੀ ਚੱਕਣ ਦੀ ਕੋਸ਼ਿਸ਼ ਕੀਤੀ ਆ, ਪ੍ਰੰਤੂ ਕੈਗ ਦੀ ਰਿਪੋਰਟ ਆ ਜਿਹੜੀ ਉਹਨੇ ਵੀ ਮੋਦੀ ਸਰਕਾਰ ਨੂੰ ਕਲੀਨ ਚਿੱਟ ਦਿੱਤੀ ਆ। ਅਤੇ ਹੁਣ ਜਦੋਂ ਮੋਦੀ ਨੇ ਪਿਛਲੇ ਦਿਨੀ ਇੱਕ ਹਮਲਾ ਵੀ ਕਾਂਗਰਸ 'ਤੇ ਬੋਲਿਆ ਰਫੇਲ ਨੂੰ ਲੈ ਕੇ ਕਿ ਜੇ ਇਹ ਜਹਾਜ਼ ਸਾਡੇ ਕੋਲ ਪਹਿਲਾਂ ਆਏ ਹੁੰਦੇ, ਅਜੇ ਵੀ ਖੈਰ ਨਹੀਂ ਆਏ, ਜੇ ਸਾਡੇ ਕੋਲ ਆ ਸਰਜੀਕਲ ਸਟ੍ਰਾਈਕ ਤੋਂ ਪਹਿਲਾਂ ਹੁੰਦੇ ਤਾਂ ਕਹਾਣੀ ਕੁਛ ਹੋਰ ਹੀ ਹੋਣੀ ਸੀ। ਮਤਲਬ ਇਹ ਸੌਦਾ ਜਿਹੜਾ ਇਹ ਤਕਰੀਬਨ ਸਿਆਸਤ ਦੀ ਇੱਕ ਫੁੱਟਬਾਲ ਖੇਡ ਹੈ ਜਿਹੜੀ ਉਹ ਬਣ ਚੁੱਕਾ। ਅਤੇ ਹੁਣ ਜਿਹੜਾ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਹੋਈ ਆ ਕਿ ਇੱਕ ਪਾਸੇ ਤਾਂ ਸਰਕਾਰ ਨੇ ਕਹਿਤਾ ਕਿ ਜੇ ਇਹਦੀ CBI ਜਾਂਚ ਹੁੰਦੀ ਆ ਤਾਂ ਉਹ ਦੇਸ਼ ਲਈ ਖਤਰਨਾਕ ਆ, ਦੇਸ਼ ਦੇ ਹਿੱਤ ਵਿੱਚ ਨਹੀਂ, ਦੇਸ਼ ਦੇ ਹਿੱਤ 'ਚ ਨਹੀਂ ਹੈ, ਦੇਸ਼ ਦੇ ਲਈ ਖਤਰਨਾਕ ਆ। ਦੂਜਾ ਇਹ ਕਹਿਤਾ ਕਿ ਜਿਹੜੇ ਦਸਤਾਵੇਜ਼, ਅਹਿਮ ਦਸਤਾਵੇਜ਼ ਨੇ, ਉਹ ਰੱਖਿਆ ਮੰਤਰਾਲੇ ਆ ਜਿਹੜਾ ਰੱਖਿਆ ਦਾ ਵਿਭਾਗ ਆ ਜਿਹੜਾ ਉਹਦੀ ਬਿਲਡਿੰਗ ਦੇ ਵਿੱਚੋਂ ਚੋਰੀ ਹੋ ਗਏ ਆ। ਹੁਣ ਜੇ ਸਰਕਾਰ ਦਾ ਜਿਹੜਾ ਰੱਖਿਆ ਵਿਭਾਗ ਆ ਅਤੇ ਉੱਥੇ ਇੱਕ ਅਹਿਮ ਸੌਦਾ ਵਾ ਜਿਹੜਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ, ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ, ਚਰਚਾ ਦਾ ਵਿਸ਼ਾ ਨਾ ਵੀ ਬਣਿਆ ਹੋਵੇ, ਅਕਸਰ ਨੂੰ ਐਡਾ ਵੱਡਾ ਸੌਦਾ ਵਾ, ਵਾਈ ਜਹਾਜ਼ਾਂ ਦਾ ਸੌਦਾ, ਜੇ ਉਹਦੇ ਕਾਗਜ਼ ਪੱਤਰ ਸੁਰੱਖਿਅਤ ਨਹੀਂ ਤਾਂ ਫਿਰ ਇਹ ਲੋਕ ਜਿਵੇਂ ਮਤਲਬ ਗੱਲ ਕੀਤੀ ਜਾਂਦੀ ਹੈ, ਫਿਰ ਇਹ ਲੋਕ ਦੇਸ਼ ਦੀ ਰੱਖਿਆ ਕਿਵੇਂ ਕਰ ਸਕਦੇ ਆ? ਹਾਂ, ਜਦ ਕਿ ਮੋਦੀ ਸਾਹਿਬ ਕਹਿੰਦੇ ਨੇ ਕਿ ਦੇਸ਼ ਅਬ ਸੁਰੱਖਿਅਤ ਹੱਥਾਂ 'ਚ। ਸੋ ਇਹ ਜਿਹੜੀਆਂ ਗੱਲਾਂ ਸਾਡੇ ਸਾਹਮਣੇ, ਮੈਂ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਇਹਨਾਂ ਨੇ ਕਿਹਾ ਸੀ ਕਿ ਭਾਜਪਾ ਦੀ ਉਹ ਜਿਹੜੀ ਆ ਹੈਕ ਹੋ ਗਈ ਆ ਵੈਬਸਾਈਟ, ਅਤੇ ਉਦੋਂ ਵੀ ਲੋਕਾਂ ਨੇ ਟਿੱਪਣੀਆਂ ਕੀਤੀਆਂ ਵੀ ਜਿਹੜੇ ਆਪਦੀ ਵੈਬਸਾਈਟ ਦੀ ਰੱਖਿਆ ਨਹੀਂ ਕਰ ਸਕਦੇ, ਦੇਸ਼ ਦੀ ਰੱਖਿਆ ਕੀ ਕਰਨਗੇ? ਅਤੇ ਹੁਣ ਉਹੀ ਗੱਲ ਇਸ ਮੁੱਦੇ 'ਤੇ ਵੀ ਆ ਕੇ ਜਾਣੀ ਆ ਕਿ ਜਿਹੜੇ ਮਤਲਬ ਰੱਖਿਆ ਸੌਦੇ ਦੇ ਕਾਗਜ਼ ਦੀ ਰੱਖਿਆ ਨਹੀਂ ਕਰ ਸਕਦੇ ਅਤੇ ਉਹ ਦੇਸ਼ ਦੀ ਰੱਖਿਆ ਜਿਹੜੀ ਉਹ ਕਿਵੇਂ ਕਰਨਗੇ? ਸੋ ਇਹ ਇੱਕ ਪਾਸੇ CBI ਜਾਂਚ ਤੋਂ ਸਰਕਾਰ ਦਾ ਇਨਕਾਰ ਕਰਨਾ, ਦੂਜੇ ਪਾਸੇ ਸੁਪਰੀਮ ਕੋਰਟ ਕੋਲ ਮੁੱਕਰ ਹੀ ਜਾਣਾ ਇਹ ਕਹਿ ਕੇ ਕਿ ਉਹ ਸੌਦੇ ਉਹ ਕਾਗਜ਼ ਆ ਜਿਹੜੇ ਉਹ ਤਾਂ ਚੋਰੀ ਹੋ ਗਿਆ ਜੀ। ਸੋ ਦੇਖੋ, ਦਾਜ ਤਾਂ ਕਿਤੇ ਨਾ ਕਿਤੇ ਕਾਲਾ ਤਾਂ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰੰਤੂ ਮੋਦੀ ਸਰਕਾਰ ਇਹਨੂੰ ਹੁਣ ਕਿਹੜੀ ਦਿਸ਼ਾ ਦੇਣੀ ਚਾਹੁੰਦੀ ਆ, ਕਿਹੜੀ ਦਿਸ਼ਾ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੀ ਆ? ਸੋ ਅੱਜ ਉਹਦੀ ਨੀਤੀ ਅਤੇ ਨੀਯਤ ਦੋਨੇ ਸਾਫ਼ ਅਤੇ ਸਪੱਸ਼ਟ ਹੋ ਗਈਆਂ। ਜਿਹੜਾ ਉਹਨੇ ਸੁਪਰੀਮ ਕੋਰਟ ਦੇ ਵਿੱਚ ਦੋ ਗੱਲਾਂ ਨੇ ਜਿਹੜੀਆਂ ਉਹ ਉਹਦੇ ਤੋਂ ਭੱਜੀ ਆ ਕਿ ਇੱਕ ਤਾਂ CBI ਦੀ ਜਾਂਚ ਤੋਂ, ਦੂਜਾ ਜਿਹੜੇ ਡਾਕੂਮੈਂਟ ਨੇ, ਜਿਹੜੇ ਕਾਗਜ਼ ਪੱਤਰ ਨੇ, ਉਹਨਾਂ ਨੂੰ ਪੇਸ਼ ਕਰਨ ਤੋਂ। ਨਹੀਂ, ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਗੱਲ, ਜਿਹੜਾ ਦੋਸ਼ ਰਾਹੁਲ ਗਾਂਧੀ ਲਾ ਰਹੇ ਨੇ
ਬੀਜੇਪੀ ਉੱਥੇ ਕਿ ਰਾਫੇਲ ਸੌਦੇ ਦੀ ਜੋ ਇਹਨੂੰ ਰਿਵਾਈਜ਼ ਕੀਤਾ ਗਿਆ ਉਦੋਂ ਦਲਾਲੀ ਦਿੱਤੀ ਗਈ ਆ, ਇਹ ਕਿੱਥੋਂ ਤੱਕ ਸੱਚ ਹੈ? ਇਹ ਵੱਡੀ ਪੱਧਰ 'ਤੇ ਆ ਜਿਹੜਾ ਇਹ ਮਸਲਾ ਵਾ ਉੱਠਿਆ ਹੋਇਆ ਵਾ ਕਿਤੇ ਨਾ ਕਿਤੇ ਤਾਂ, ਕਿਉਂਕਿ ਜੇ ਮਤਲਬ ਅੱਗ ਉੱਗ ਤਾਂ ਧੂੰਆਂ ਨਿਕਲਦਾ ਵਾ ਕਿਤੇ ਨਾ ਕਿਤੇ, ਕਿਉਂਕਿ ਜੇ ਬੋਫੋਰਸ ਤੋਪਾਂ ਦੇ ਮਸਲੇ 'ਤੇ ਇਹ ਮੁੱਦਾ ਉੱਠਿਆ ਸੀ ਰਾਜੀਵ ਗਾਂਧੀ ਵਿਰੁੱਧ ਤਾਂ ਕਿਤੇ ਨਾ ਕਿਤੇ ਤਾਂ ਕੋਈ ਉਹਦੇ ਵਿੱਚ ਹੈ ਹੀ ਸੀ। ਸੋ ਅੱਜ ਜੇ ਇਹਦੇ ਵਿਰੁੱਧ ਉੱਠ ਰਿਹਾ ਵਾ ਤਾਂ ਕਿਤੇ ਨਾ ਕਿਤੇ ਤਾਂ ਮਤਲਬ ਕੁਛ ਨਾ ਕੁਛ ਹੋਊਗਾ, ਪਰੰਤੂ ਕਿਉਂਕਿ ਦੋ ਸਰਕਾਰਾਂ ਇਹਦੇ 'ਚ ਇਨਵੋਲਵ ਰਹੀਆਂ ਨੇ, ਪਹਿਲੀ ਕਾਂਗਰਸ ਰਹੀ ਆ, ਹੁਣ ਮੋਦੀ ਸਰਕਾਰ ਰਹੀ ਆ, ਅਤੇ ਜਿਹੜੀ ਸੂਈ ਆ ਉਹ ਕਿੱਥੇ ਆ ਕੇ ਅਟਕੂਗੀ? ਕਿਉਂਕਿ ਕੈਗ ਵੱਲੋਂ ਜਿਹੜਾ ਕਲੀਨ ਚਿੱਟ ਦੇਣ ਤੋਂ ਬਾਅਦ ਜਿਹੜਾ ਮਸਲਾ ਹੁਣ, ਕਿਉਂਕਿ ਸੁਪਰੀਮ ਕੋਰਟ ਦੇ ਵਿਹੜੇ ਆ, ਸੁਪਰੀਮ ਕੋਰਟ ਕੀ ਕਰਦੀ ਆ, CBI ਨੂੰ ਇਹਦੀ ਜਾਂਚ ਸੌਂਪਦੀ ਆ, ਜਾਂ ਜੋ ਸਰਕਾਰ ਨੇ ਕਿਹਾ ਕਿ ਉਹ ਜਿਹੜੀ ਜਾਂਚ ਆ ਉਹ ਦੇਸ਼ ਲਈ ਮਤਲਬ ਖਤਰਨਾਕ ਹੋਊ, ਹਾਨੀਕਾਰਕ ਹੋਊਗੀ, ਉਹਨੂੰ ਪ੍ਰਵਾਨ ਕਰਦੀ ਆ, ਅਤੇ ਉਹ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਜਿਹੜੀ ਉਹ ਉਸ ਤੋਂ ਅਗਲੀ ਆ, ਉਹ ਤਾਂ ਤੁਹਾਡੇ ਕੱਲ੍ਹ ਸਮਾਂ ਦੱਸੇਗਾ। ਬਿਲਕੁਲ, ਜਿਹੜਾ ਸਭ ਅਗਲੀ ਜਿਹੜੀ ਖਬਰ ਆ ਕਿ ਅੱਜ ਇੱਕ ਹੋਰ ਖਬਰ ਕਈ ਅਖਬਾਰਾਂ ਵਿੱਚ ਨਸ਼ਰ ਹੋਈ ਆ, ਜਿਵੇਂ ਕਿ ਪਹਿਰੇਦਾਰ ਦੇ ਵੀ ਫਰੰਟ ਪੇਜ 'ਤੇ ਇੱਕ ਨਵਾਂ ਸ਼ੋਸ਼ਾ, ਜਿਹੜਾ ਜਲ ਸੈਨਾ ਮੁਖੀ ਨੇ ਇਹ ਸ਼ੋਸ਼ਾ ਛੱਡਿਆ ਕਿ ਇੱਕ ਸਰਜੀਕਲ ਸਟ੍ਰਾਈਕ ਜਿਹੜਾ ਉਹ ਜਲ ਰਸਤੇ ਰਾਹੀਂ ਵੀ ਹੋ ਸਕਦਾ ਵਾ, ਸਮੁੰਦਰੀ ਰਸਤੇ ਰਾਹੀਂ ਹੋ ਸਕਦਾ। ਇਹਦੇ ਬਾਰੇ ਤੁਹਾਡੀ ਕੀ ਰਿਪੋਰਟ ਹੈ? ਰਾਈਟਰਸ ਨੇ ਵੀ ਰਿਪੋਰਟ ਦਿੱਤੀ ਇਸ ਬਾਰੇ, ਸਟ੍ਰਾਈਕ 2 ਬਾਰੇ। ਦੇਖੋ ਭਾਅ ਜੀ, ਦੋ ਮੁੱਦੇ ਆ ਜਿਹੜੇ ਇਸ ਵੇਲੇ ਆ ਜਿਹੜੇ ਉਹ ਸਾਹਮਣੇ ਆਏ ਹੋਏ ਆ ਸਾਡੇ। ਇੱਕ ਤਾਂ ਜਿਹੜਾ ਹੁਣ ਅੱਜ ਰਾਈਟਰਸ ਦੀ ਜਿਹੜੀ ਰਿਪੋਰਟ ਆ ਉਹ ਆਈ ਆ, ਉਹਦੇ 'ਚ ਉਹਨੇ ਮਤਲਬ ਜਿਹੜੀਆਂ ਸੈਟੇਲਾਈਟ ਦੀਆਂ ਤਸਵੀਰਾਂ ਨੇ ਉਹ ਉਹਨੇ ਪੇਸ਼ ਕੀਤੀਆਂ ਨੇ ਕਿ ਉੱਥੇ ਜਿੱਥੇ ਕਹਿੰਦੇ ਆ ਕਿ ਅਸੀਂ ਉਹਦੇ ਜੈਸ਼ ਦੇ ਸਾਰੇ ਟਿਕਾਣੇ ਸੀ ਉਹ ਤਬਾਹ ਕਰਦੇ, ਉਹ ਕਹਿੰਦਾ 6 ਮਦਰਸੇ ਚੱਲ ਰਹੇ ਦਿਖਾਏ ਆ ਫੋਟੋ 'ਚ ਉਹਨੇ, ਅੱਜ ਵੀ ਚੱਲਦੇ ਦਿਖਾਏ, ਅੱਜ ਵੀ ਉਹਨੇ ਦਿਖਾਏ ਆ ਕਿ ਹੁਣ ਉਹ ਪਰਮਾਤਮਾ ਜਾਣਦਾ ਕਿ ਉਹ ਪਹਿਲਾਂ ਦੀ ਫੋਟੋ ਆ ਕਿ ਹੁਣ ਦੀ ਫੋਟੋ ਆ। ਸੋ ਰਾਈਟਰਸ ਅਤੇ ਮਤਲਬ ਨਾਮੀ ਗ੍ਰਾਮੀ ਮਤਲਬ ਜਿਹੜਾ ਮੀਡੀਆ ਦਾ ਘਰਾਣਾ ਵਾ, ਸੋ ਉਹਨਾਂ ਵੱਲੋਂ ਇਹ ਇਹ ਦਿੱਤਾ ਗਿਆ ਵਾ ਕਿ ਇਹ ਉੱਥੇ 6 ਮਦਰੱਸੇ ਆ ਜਿਹੜੇ ਜੈਸ ਵਾਲਿਆਂ ਦੇ ਉਹ ਅੱਜ ਵੀ ਚੱਲ ਰਹੇ ਨੇ। ਜਿਹੜੀ ਉਹ ਗੱਲ ਕੀਤੀ ਜਾ ਰਹੀ ਆ ਕਿ ਜਿਹੜੇ ਸਿੱਧੂ ਨੇ ਵੀ ਕਿਹਾ ਕਿ ਉਹ ਦਰੱਖਤਾਂ 'ਤੇ ਸਿੱਟਿਆ ਬੰਬ, ਉਹ ਕਿਤੇ ਨਾ ਕਿਤੇ ਮਤਲਬ ਜਿਵੇਂ ਆਪਾਂ ਪਹਿਲਾਂ ਵੀ ਇਹ ਬਾਰੇ ਗੱਲ ਕੀਤੀ ਆ ਕਿ ਇੱਕ ਪਾਸੇ ਗੋਦੀ ਮੀਡੀਆ ਵਾ ਜਿਹੜਾ ਮੋਦੀ ਵਾਲਾ ਮੀਡੀਆ ਵਾ ਜਿਹੜਾ ਗੋਦੀ ਮੀਡੀਆ ਮੀਡੀਆ ਜਿਹਨੂੰ ਗੋਦੀ ਮੀਡੀਆ ਕਹਿੰਦੇ ਆ, ਦੂਜੇ ਪਾਸੇ ਇੰਟਰਨੈਸ਼ਨਲ ਮੀਡੀਆ ਵਾ। ਸੋ ਹੋਰ ਜਿਵੇਂ ਰਾਈਟਰਸ ਨੇ ਉਹ ਫੋਟੋਆਂ ਜਿਹੜੇ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਪੇਸ਼ ਕੀਤੀਆਂ ਨੇ। ਸੋ ਮੁੱਦਾ ਜਿਹੜਾ ਉਹ ਇੱਥੇ ਆ ਕੇ ਖੜ ਗਿਆ ਵੇ ਕਿ ਜਿਹੜਾ ਸਰਜੀਕਲ ਸਟ੍ਰਾਈਕ 2 ਕੀਤਾ ਗਿਆ, ਹਵਾਈ ਫੌਜ ਨੇ ਜਿਹੜਾ 1000 ਕਿਲੋ ਬੰਬ ਸੁੱਟੇ ਆ, ਉਹ ਆਖਿਰ ਸੁੱਟੇ ਕਿੱਥੇ ਆ ਅਤੇ ਉਹਨਾਂ ਨੇ ਉਹਨਾਂ ਦਾ ਨਤੀਜਾ ਕੀ ਨਿਕਲਿਆ ਵਾ, ਉਹ ਸਾਰਾ ਕੁਛ ਆ ਜਿਹੜਾ ਉਹ ਇੱਕ ਤਰ੍ਹਾਂ ਸ਼ੱਕ ਦੇ ਘੇਰੇ 'ਚ ਜਾ ਕੇ ਖੜਾ ਹੋ ਗਿਆ। ਸੋ ਸਰਕਾਰ ਉਹਦਾ ਕੀ ਜਵਾਬ ਦਿੰਦੀ ਆ? ਹੁਣ ਰਾਜਨਾਥ ਕਹਿੰਦਾ ਸਾਡੇ ਕੋਲ ਸਬੂਤ ਆ ਜੀ, ਸਮਾਂ ਆਉਣ 'ਤੇ ਦੇਵਾਂਗੇ। ਜਿਹੜਾ ਫੌਜ ਮੁਖੀ ਆ ਉਹ ਵੀ ਮਤਲਬ ਕਹਿੰਦਾ ਕਿ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ, ਮਤਲਬ ਕਿਤੇ ਨਾ ਕਿਤੇ ਗੱਲ ਆ ਜਿਹੜੀ ਉਹ ਸ਼ੱਕ ਦੇ ਘੇਰੇ 'ਚ ਆ ਗਈ ਆ। ਸੋ ਇਸੇ ਹੀ ਕਾਰਨ ਕਿ ਜਿਹੜਾ ਮੋਦੀ ਨੇ ਸਟ੍ਰਾਈਕ ਕੀਤਾ, ਉਹ ਸਰਜੀਕਲ ਸਟ੍ਰਾਈਕ 2 ਕੀਤਾ ਜਿਹੜਾ ਫੌਜ ਦੇ ਰਾਹੀਂ, ਹਵਾਈ ਫੌਜ ਦੇ ਰਾਹੀਂ, ਆਪਾਂ ਸ਼ੁਰੂ ਤੋਂ ਕਹਿ ਸਕੀਏ ਉਹ ਸਿਰਫ ਚੋਣ ਡਰਾਮੇਬਾਜ਼ੀ ਆ, ਚੋਣ ਕਿ ਉਹਨੇ ਚੋਣਾਂ 'ਚ ਲਾਹਾ ਲੈਣ ਦੇ ਲਈ ਉਹ ਜਿਹੜਾ ਜਨੂੰਨ ਆ, ਜਿਹੜਾ ਹਿੰਦੂਤਵੀ ਜਨੂੰਨ ਆ, ਜਿਹੜਾ ਦੇਸ਼ ਭਗਤੀ ਵਾਲਾ ਜਨੂੰਨ ਆ, ਉਹਨੂੰ ਉਭਾਰ ਕੇ ਮਤਲਬ ਚੋਣਾਂ ਦੇ ਵਿੱਚ ਆਪਣੀ ਜਿਹੜੀ ਉਹਦੀ ਹਾਲਤ ਮਾੜੀ ਹੋ ਚੁੱਕੀ ਸੀ ਉਹਨੂੰ ਸੁਧਾਰਨ ਲਈ, ਅਤੇ 2019 ਦਾ ਮਿਸ਼ਨ ਆ ਜਿਹੜਾ ਉਹਦੀ ਪ੍ਰਾਪਤੀ ਦੇ ਲਈ ਇਹ ਇਹ ਖੇਡ ਆ ਜਿਹੜੀ ਖੇਡੀ ਗਈ ਸੀ। ਅਸੀਂ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਦਾਅਵਾ ਕਰਦੇ ਆ ਰਹੇ ਹਾਂ, ਅੱਜ ਵੀ ਕਰ ਰਹੇ ਹਾਂ ਕਿ ਉਹ ਬਿਲਕੁਲ ਨਟੰਕੀ ਸੀ। ਸੋ ਇਹ ਕਿਉਂਕਿ ਅੱਜ ਚਾਰੇ ਪਾਸੇ ਖਲ ਲੈਣੀ ਸ਼ੁਰੂ ਹੋ ਗਈ ਆ,
ਬਿਲਕੁਲ ਜਿਵੇਂ ਅਸੀਂ ਰਾਈਟਰਸ ਦੀ ਗੱਲ ਕਰ ਰਹੇ ਹਾਂ, ਅਸੀਂ ਇੰਟਰਨੈਸ਼ਨਲ ਮੀਡੀਆ ਦੀ ਗੱਲ ਕਰ ਰਹੇ ਹਾਂ, ਅਸੀਂ ਮਮਤਾ ਬੈਨਰਜੀ ਦੀ ਗੱਲ ਕਰ ਰਹੇ ਹਾਂ, ਅਸੀਂ ਨਵਜੋਤ ਸਿੱਧੂ ਵੱਲੋਂ ਜਿਹੜੀ ਗੱਲ ਕੀਤੀ ਗਈ ਹੈ ਉਹਦੀ ਗੱਲ ਕਰ ਰਹੇ ਹਾਂ। ਅੱਜ ਇੱਕ ਜਿਹੜਾ ਮਤਲਬ ਉਹ ਜਿਹੜੇ ਬੰਦੇ ਮਾਰੇ ਗਏ ਸੀਗੇ ਪੁਲਵਾਮਾ 'ਚ, ਉਹ ਉਹਨਾਂ ਦੇ ਇੱਕ ਪਰਿਵਾਰ ਨੇ ਮਤਲਬ ਉਹਦੀ ਮਾਂ ਨੇ ਜਿਹੜਾ ਮਤਲਬ ਮਾਰਿਆ ਗਿਆ ਸੀ, ਉਹਨੇ ਵੀ ਕਿਹਾ ਵੀ ਸਾਨੂੰ ਦੱਸੋ ਕਿੰਨੇ ਅੱਤਵਾਦੀ ਤੁਸੀਂ ਮਾਰੇ ਆ। ਸਵਾਲ ਆ ਜਿਹੜਾ ਉਹ ਚਾਰੇ ਪਾਸੇ ਆ ਜਿਹੜਾ ਉਹ ਖੜਾ ਹੋ ਗਿਆ। ਉਹ ਸਵਾਲ ਖੜਾ ਹੋਣ ਤੋਂ ਬਾਅਦ ਮੋਦੀ ਦੀ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਕਿ ਉਹ ਕਿਰਕਰੀ ਆ ਜਿਹੜੀ ਉਹ ਜਿਹੜੀ ਉਹਨੇ ਮਤਲਬ ਹਵਾ ਫੂਕ ਜਿਹੜੀ ਭਰੀ ਹੋਈ ਸੀ ਉਹ ਨਿਕਲੀ ਆ। ਬਿਲਕੁਲ। ਸੋ ਹੁਣ ਜਦੋਂ ਫੂਕ ਨਿਕਲੀ ਆ ਤੇ ਇਹਦਾ ਮਤਲਬ ਇਹ ਆ ਕਿ ਜਿਹੜਾ 2019 ਦਾ ਮਿਸ਼ਨ ਆ ਉਹ ਮਿਸ਼ਨ ਮੋਦੀ ਨੂੰ ਲੱਗਦਾ ਕਿ ਅਧੂਰਾ ਰਹਿ ਗਿਆ, ਅਜੇ ਸਫਲਤਾ ਵੱਲ ਨਹੀਂ ਪੂਰਾ ਵਧਿਆ। ਜਿਹੜੀ ਮਤਲਬ ਜਿਹੜੀ ਉਹ ਮਤਲਬ ਪਹਿਲੇ 2 ਦਿਨਾਂ 'ਚ ਜਿਹੜੀ ਗੱਲ ਸੀ ਉਹ ਹੌਲੀ 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 ਕਰਕੇ ਮੱਠੀ ਪੈ ਗਈ ਆ, ਜਿਵੇਂ ਪੱਗਿਆ ਕਿ ਫੂਕ ਨਿਕਲ ਗਈ ਆ। ਸੋ ਉਸ ਨੂੰ ਦੇਖਦਿਆਂ ਹੋਇਆਂ ਜਿਹੜਾ ਇਹ ਜਲ ਸੈਨਾ ਮੁਖੀ ਦਾ ਬਿਆਨ ਆਇਆ ਕਿ ਪਾਕਿਸਤਾਨ ਸਮੁੰਦਰੀ ਰਸਤੇ ਰਾਹੀਂ ਹਮਲਾ ਕਰ ਸਕਦਾ, ਸੋ ਕਿਤੇ ਨਾ ਕਿਤੇ ਲੱਗਦਾ ਕਿ ਆਉਣ ਵਾਲੇ 1-2 ਦਿਨਾਂ 'ਚ ਕਿਤੇ ਫੇਰ ਦੁਬਾਰਾ ਜਿਹੜੀ ਉਹ ਨੌਟੰਕੀ ਉੱਧਰ ਹੋਈ ਆ ਉਹ ਹਵਾਈ ਫੌਜ ਰਾਹੀਂ ਹੋਈ ਆ, ਅਤੇ ਇੱਧਰ ਹੁਣ ਕਿਤੇ ਮਤਲਬ ਸਮੁੰਦਰੀ ਫੌਜ ਆ ਜਿਹੜੀ ਉਹਦੇ ਰਾਹੀਂ ਕੋਈ ਨੌਟੰਕੀ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜੇ ਹੋ ਵੀ ਜਾਵੇ ਤਾਂ ਸਾਨੂੰ ਹੈਰਾਨ ਨਹੀਂ ਹੋਣਾ, ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ, ਤਾਂ ਕਿ ਜਿਹੜਾ ਇਹਨਾਂ ਦਾ 2019 ਮਿਸ਼ਨ ਆ ਉਹਨੂੰ ਸਫਲਤਾ ਵੱਲੋਂ ਉਭਾਰਿਆ ਜਾ ਸਕੇ। ਹੀਰਾ ਸਾਹਿਬ, ਅੱਜ ਸੁਪਰੀਮ ਹਾਈਕੋਰਟ ਨੇ ਕਿਸਾਨਾਂ ਵੱਲੋਂ ਜਿਹੜੇ ਧਰਨੇ ਲਾਏ ਜਾ ਰਹੇ ਸੀਗੇ, ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਤੁਸੀਂ ਧਰਨੇ ਖਤਮ ਕਰ ਦਿਓ ਅਤੇ ਅਸੀਂ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਹਾਈਕੋਰਟ ਵੱਲੋਂ ਇਹ ਬਕਾਇਦਾ ਉਹਨਾਂ ਦੇ ਉੱਤੇ ਗੌਰ ਸਰਕਾਰ ਨੂੰ ਕਿਹਾ ਜਾਊਗਾ ਗੌਰ ਕਰਨ ਵਾਸਤੇ ਔਰ ਮੰਗਾਂ ਮਨਵਾਈਆਂ ਜਾਣਗੀਆਂ, ਪਰ ਕਿਸਾਨਾਂ ਨੇ ਆਪਣੇ ਧਰਨੇ ਖਤਮ ਵੀ ਕਰ ਦਿੱਤੇ ਨੇ, ਇਹ ਜਿਹੜਾ ਹਾਈਕੋਰਟ ਦੇ ਹੁਕਮ ਨੇ ਜਾਂ ਵਿਸ਼ਵਾਸ ਆ ਇਹ ਕਿੱਥੋਂ ਤੱਕ ਸੱਚ ਸਾਬਤ ਹੋਏਗਾ? ਦੇਖੋ ਬੱਬੂ ਭਾਜੀ, ਹਾਈਕੋਰਟ ਨੇ ਜਿਹੜੀ ਗੱਲ ਕੀਤੀ ਕੱਲ੍ਹ ਜਿਹੜਾ ਫੈਸਲਾ ਸੀ ਇਸ ਸੰਬੰਧੀ ਕਿ ਜਿਹੜਾ ਉਹ ਵਕੀਲ ਪੇਸ਼ ਹੋਇਆ ਉਹਨੇ ਇਹ ਕਿਹਾ ਕਿ ਦੇਖੋ ਜੀ ਸਰਹੱਦ 'ਤੇ ਤਣਾਅ ਅਤੇ ਸਰਹੱਦ 'ਤੇ ਤਣਾਅ ਅਤੇ ਇਹ ਜਿਹੜੀ ਮਤਲਬ ਰੇਲਵੇ ਲਾਈਨ ਆ ਜਿਹੜੀ ਦਿੱਲੀ ਤੋਂ ਇੱਥੇ ਅੰਮ੍ਰਿਤਸਰ ਨੂੰ ਜੋੜਦੀ ਆ ਜਾਂ ਅੱਗੋਂ ਜੰਮੂ ਨੂੰ ਜੋੜਦੀ ਆ ਇਹ ਇਸ ਵੇਲੇ ਜ਼ਰੂਰੀ ਆ, ਪਤਾ ਨਹੀਂ ਇਹਦੀ ਕਦੋਂ ਲੋੜ ਪੈ ਜਾਣੀ ਆ ਵਰਤੋਂ ਦੀ, ਪਰੰਤੂ ਕਿਸਾਨ ਨੇ ਜਿਹੜੇ ਉਹਦੇ 'ਤੇ ਜਾਮ ਲਾ ਕੇ ਬੈਠੇ ਨੇ 3 ਦਿਨਾਂ 'ਚ, ਅਤੇ ਉਸ ਗੱਲ ਨੂੰ ਹਾਈਕੋਰਟ ਨੇ ਵਿਸ਼ੇਸ਼ ਰੂਪ ਦੇ ਵਿੱਚ ਉਹਦਾ ਮਤਲਬ ਉਹਨਾਂ ਨੇ ਕਿਹਾ ਕਿ ਬਿਲਕੁਲ ਜਿਹੜੇ ਕਿਸਾਨ ਬੈਠੇ ਆ ਮਤਲਬ ਰੇਲਵੇ ਟਰੈਕ 'ਤੇ ਬੈਠੇ ਆ ਇਹਨਾਂ ਨੂੰ ਜਿਹੜਾ ਮਤਲਬ ਜਿਹੜੇ ਸਾਡੇ ਫੌਜੀ ਆ ਉਹ ਜਿਹੜੀ ਸਥਿਤੀ 'ਚੋਂ ਲੰਘ ਰਹੇ ਆ ਵੀ ਕੀ ਉਹਨਾਂ ਨੂੰ ਉਹਦਾ ਅਹਿਸਾਸ ਨਹੀਂ, ਮਤਲਬ ਹਾਈਕੋਰਟ ਨੇ ਪੂਰੇ ਰੂਪ ਦੇ ਵਿੱਚ ਜਿਹੜੇ ਕਿਸਾਨ ਉੱਥੇ ਬੈਠੇ ਰੇਲਵੇ ਟਰੈਕ 'ਤੇ ਉਹਨਾਂ ਨੂੰ ਇੱਕ ਤਰ੍ਹਾਂ ਘੂਰਿਆ, ਠੀਕ, ਅਤੇ ਉਹਨਾਂ ਦੇ ਜਿਹੜੇ ਲੀਡਰ ਸੀ ਉਹਨਾਂ ਦੀ ਅੱਜ ਹਾਈਕੋਰਟ ਦੇ ਵਿੱਚ ਪੇਸ਼ੀ ਸੀ, ਉਹਨਾਂ ਨੂੰ ਬੁਲਾਇਆ ਗਿਆ ਸੀ ਕਿ ਹਾਈਕੋਰਟ 'ਚ ਪੇਸ਼ ਹੋਣ, ਅਤੇ ਹਾਈਕੋਰਟ 'ਚ ਪੇਸ਼ ਹੋਣ ਤੋਂ ਬਾਅਦ ਠੀਕ ਹੈ ਕਿ ਹਾਈਕੋਰਟ ਨੇ ਇੱਕ ਜਿਹੜਾ ਮਤਲਬ ਆ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਇੱਕ ਵਾਕ ਆ ਜਿਹੜਾ ਉਹ ਜ਼ਰੂਰ ਜੋੜਤਾ ਕਿ ਤੁਹਾਡੀਆਂ ਮੰਗਾਂ ਨੂੰ ਅਸੀਂ ਦੇਖਾਂਗੇ। ਬਿਲਕੁਲ। ਹੁਣ ਹਾਈਕੋਰਟ ਉਹਨਾਂ ਮੰਗਾਂ ਨੂੰ ਕੀ ਦੇਖੂ ਕਿਵੇਂ ਦੇਖੂਗੀ ਇਹ ਤਾਂ ਹੁਣ ਰੱਬ ਜਾਣਦਾ ਵਾ ਜਾਂ ਹਾਈਕੋਰਟ ਜਾਣਦੀ ਆ, ਪਰੰਤੂ ਹਾਈਕੋਰਟ ਦੀਆਂ ਹਦਾਇਤਾਂ ਅਤੇ ਹਾਈਕੋਰਟ ਦੇ ਸਖ਼ਤ ਰੁੱਖ ਨੂੰ ਦੇਖਦਿਆਂ ਹੋਇਆਂ ਕਿਸਾਨਾਂ ਨੇ ਜਿਹੜਾ ਮਤਲਬ ਅੱਜ ਉਹ ਅੰਮ੍ਰਿਤਸਰ 'ਚ ਜਿਹੜੀ ਰੇਲਵੇ ਲਾਈਨ ਆ ਉਹਦੇ ਤੋਂ ਆਪਣਾ ਧਰਨਾ ਚੱਕ ਲਿਆ। ਬਿਲਕੁਲ। ਹੁਣ ਰੇਲਵੇ ਆਵਾਜਾਈ ਆ ਜਿਹੜੀ ਉਹ ਬਹਾਲ ਹੋ ਗਈ ਆ, ਗੱਡੀਆਂ ਨੇ ਜਿਹੜੀਆਂ ਉਹ ਤੁਰ ਅੰਮ੍ਰਿਤਸਰ ਤੱਕ ਜਾਣੀਆਂ ਸ਼ੁਰੂ ਹੋ ਗਈਆਂ ਨੇ,
ਸੋ ਤਿੰਨ ਦਿਨਾਂ ਦੇ ਵਿੱਚ ਠੀਕ ਹੈ ਕਿ ਮੇਨ ਜਿਹੜਾ ਮਾਰਗ ਆ ਮੁੱਖ ਮਾਰਗ ਆ ਉੱਤਰ ਭਾਰਤ ਦਾ ਇਹ ਉਹ ਤਿੰਨਾਂ ਦਿਨਾਂ ਤੋਂ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ, ਜਾਮ ਹੋਇਆ ਸੀ, ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਜਲੰਧਰ ਤੱਕ ਜਾਂਦੀਆਂ ਸੀ, ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਉਹ ਬਿਆਸ ਤੱਕ ਜਾਂਦੀਆਂ ਸੀ, ਬਹੁਤ ਸਾਰੀਆਂ ਸੀ ਜਿਹੜੀਆਂ ਉਹ ਰੱਦ ਹੋ ਗਈਆਂ ਸੀ। ਬਿਲਕੁਲ, ਉਹ ਮਤਲਬ ਇਹ ਠੀਕ ਹੈ ਕਿਤੇ ਨਾ ਕਿਤੇ ਆ ਜਿਹੜਾ ਇਹ ਜ਼ਰੂਰ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜਿਹੜੇ ਲੋਕ ਪਰੇਸ਼ਾਨ ਹੁੰਦੇ ਨੇ ਆਖਿਰ ਨੂੰ ਉਹਨਾਂ ਦੀ ਪਰੇਸ਼ਾਨੀ ਦਾ ਹੱਲ ਕੀ ਹੋਊ? ਲੋਕਾਂ ਦੀ ਪਰੇਸ਼ਾਨੀ ਤਾਂ ਚਲੋ ਹਾਈ ਕੋਰਟ ਨੇ ਇਹ ਗੱਲ ਕਹਿ ਕੇ ਧਰਨਾ ਖਤਮ ਕਰਵਾ ਕੇ ਹੱਲ ਕਰਵਾ ਲਈ। ਲੋਕਾਂ ਦੀ ਉਹਨੇ ਕੋਈ ਗੱਲ ਨਹੀਂ ਕੀਤੀ, ਉਹਨੇ ਤਾਂ ਸਿਰਫ ਇਹ ਗੱਲ ਕੀਤੀ ਆ ਕਿ ਸਰਹੱਦਾਂ ਦੇ ਤਣਾਅ ਫੌਜੀ ਆ ਜਿਹੜੇ ਉਹਨਾਂ ਨੂੰ ਕਿਸੇ ਵੇਲੇ ਵੀ ਮਤਲਬ ਉਹ ਲੋੜ ਪੈ ਸਕਦੀ ਆ, ਮਤਲਬ ਉਹਨਾਂ ਨੂੰ ਸੁਰੱਖਿਆ ਦੇ ਲਈ ਮਤਲਬ ਜਾਂ ਉਹਨਾਂ ਨੂੰ ਕੋਈ ਮਦਦ ਪਹੁੰਚਾਉਣ ਦੇ ਲਈ ਜਾਂ ਉਹਨਾਂ ਨੂੰ ਕੋਈ ਸਮਾਨ ਪਹੁੰਚਾਉਣ ਦੇ ਲਈ ਮਤਲਬ ਰੇਲ ਦੀ ਆ ਜਿਹੜੀ ਉਹ ਲੋੜ ਪੈ ਸਕਦੀ ਆ। ਸੋ ਉਹ ਉਹਨਾਂ ਨੇ ਜਿਹੜੀ ਪਲੀ ਲਈ ਆ ਉਹ ਫੌਜ ਦੀ ਲਈ ਆ, ਉਹਨਾਂ ਨੇ ਲੋਕਾਂ ਦੀ ਤਾਂ ਗੱਲ ਹੋਈ ਨਹੀਂ ਕੋਈ। ਦੂਸਰੀ ਗੱਲ ਕਿ ਸਰਕਾਰ ਹਾਈ ਕੋਰਟ ਦੇ ਜਿਹੜੇ ਆਦੇਸ਼ ਹੋਣਗੇ ਉਹਨਾਂ 'ਤੇ ਕੰਨ ਧਰੂਗੀ ਤੁਹਾਨੂੰ ਲੱਗਦਾ? ਨਹੀਂ, ਹਜੇ ਹਾਈ ਕੋਰਟ ਨੇ ਤਾਂ ਕੋਈ ਸਰਕਾਰ ਨੂੰ ਹਦਾਇਤ ਹੀ ਨਹੀਂ ਕੀਤੀ, ਹਾਈ ਕੋਰਟ ਨੇ ਜਿਹੜੀਆਂ ਮੰਗਾਂ ਬਾਰੇ ਤਾਂ ਕੋਈ ਹਦਾਇਤ ਹੀ ਨਹੀਂ ਕੀਤੀ। ਹਾਈ ਕੋਰਟ ਨੇ ਜੇ ਹਦਾਇਤ ਕਰਨੀ ਸੀ ਤਾਂ ਜੇ ਕਿਸਾਨ ਨਾ ਉੱਠਦੇ ਅੱਜ ਮਤਲਬ ਹਾਈ ਕੋਰਟ ਦੇ ਕੋਲ ਤਾਂ ਉਹ ਹਾਈ ਕੋਰਟ ਨੇ ਹਦਾਇਤ ਕਰਨੀ ਸੀ ਖਾਲੀ ਕਰਾਓ, ਸਰਕਾਰ ਨੂੰ ਲਾਠੀਚਾਰਜ ਜਾਂ ਮਤਲਬ ਗੋਲੀ ਚਲਾਉਣ ਵਾਲੀ ਮਤਲਬ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਨਡਾਇਰੈਕਟ ਬਹਾਨਾ ਮਿਲ ਜਾਣਾ ਸੀ। ਹਾਂ, ਸ਼ਬਦਾਂ ਦੇ ਵਿੱਚ ਹਾਈ ਕੋਰਟ ਨੇ ਹੀ ਕਹਿਣਾ ਇਹਨੂੰ ਖਾਲੀ ਕਰਾਓ, ਜਿਵੇਂ ਮਰਜ਼ੀ ਕਰਾਓ, ਇਹ ਤੁਹਾਡੀ ਜ਼ਿੰਮੇਵਾਰੀ ਆ। ਸੋ ਹਾਈ ਕੋਰਟ ਹੁਣ ਜਿਹੜਾ ਅਗਲੀ ਗੱਲ ਆ ਜਿਹੜੀ ਕਿ ਹਾਈ ਕੋਰਟ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਕੀ ਕਰਦੀ ਆ? ਬਿਲਕੁਲ, ਸਰਕਾਰ ਨੂੰ ਕਿਵੇਂ ਕਟਹਿਰੇ 'ਚ ਖੜਾ ਕਰਦੀ ਆ, ਸਰਕਾਰ ਨੂੰ ਕਿਵੇਂ ਮਜਬੂਰ ਕਰਦੀ ਆ ਕਿ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਮੰਗੀਆਂ ਜਾਣ, ਇਹ ਹੁਣ ਦੇਖਣ ਵਾਲੀ ਗੱਲ ਆ। ਅਤੇ ਅੱਜ ਕਿਸਾਨਾਂ ਨੇ ਜ਼ਰੂਰ ਹਾਈ ਕੋਰਟ ਦਾ ਜਿਹੜੀਆਂ ਮਤਲਬ ਹਦਾਇਤਾਂ ਸੀ ਉਹਨਾਂ ਦੇ ਅਨੁਸਾਰ ਆਪਣਾ ਧਰਨਾ ਚੱਕ ਲਿਆ। ਠੀਕ ਹੈ ਜੀ, ਹੀਰਾ ਸਾਹਿਬ ਅੱਜ ਇੱਕ ਹੋਰ ਵੱਡੀ ਖਬਰ ਆ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਸੀ ਮੰਤਰੀ ਮੰਡਲ ਦੀ, ਉਹਦੇ ਵਿੱਚ ਜਿਹੜੇ 51-78 ਵਾਲੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ, ਅੱਜ ਉਹਨਾਂ ਦੀ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ, ਜਦਕਿ ਜਿਹੜੇ ਬਾਕੀ ਦੀਆਂ ਮੰਗਾਂ ਨੇ ਜਿਉਂਦੀਆਂ ਤਿਉਂ ਨੇ, ਇਹਦੇ ਬਾਰੇ ਤੁਹਾਡਾ ਕੀ ਖਿਆਲ? ਮੰਮੀ ਭਾਅ ਜੀ, ਇਹ ਵੀ ਦੇਖੋ ਨਾ ਕਿ ਜੇ ਉਹ ਪ੍ਰਵਾਨ ਕੀਤਾ ਗਿਆ ਤਾਂ ਉਹ ਇਹ ਵੀ ਕਿਹਾ ਹੈ ਕਿ ਅਕਤੂਬਰ 2019 'ਚ ਇੱਥੇ ਵੀ ਲਕੂ ਨਾ ਰੱਖਿਆ ਗਿਆ, ਮਤਲਬ ਅੱਜ ਮਾਰਚ ਆ ਅਤੇ ਅਕਤੂਬਰ 2019 'ਚ ਜਾ ਕੇ ਉਦੋਂ ਕਿਹੜੇ ਰਾਜੇ ਦੀ ਪਰਜਾ ਆਉਣੀ ਆ, ਭਾਵੇਂ ਚਲੋ 6-7 ਮਹੀਨੇ ਦਾ ਸਮਾਂ ਪਿਆ ਹਜੇ, ਉਦੋਂ ਬਾਅਦ ਜਾ ਕੇ ਉਹਨਾਂ ਨੂੰ ਉਹ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਉਹ ਕਰਾਂਗੇ ਰੈਗੂਲਰ ਕਰ ਦਾਂਗੇ ਜਾਂ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹਦੇ ਬਾਰੇ ਗੱਲ ਆ। ਸੋ ਸਰਕਾਰ ਇਸ ਵੇਲੇ ਕਿਉਂਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ, ਅੱਜ ਐਲਾਨ ਹੋ ਜਾਵੇ ਕੱਲ੍ਹ ਐਲਾਨ ਹੋ ਜਾਵੇ, ਅਤੇ ਜਿਹੜਾ ਅਧਿਆਪਕਾਂ ਦਾ ਸੰਘਰਸ਼ ਆ ਜਿਹੜਾ ਉਹ ਸਖ਼ਤ ਸੀ, ਇਸ ਵਾਰ ਸਰਕਾਰ ਵੀ ਇਸ ਗੱਲ ਨੂੰ ਮਤਲਬ ਪੂਰੀ ਤਰ੍ਹਾਂ ਭਾਂਪ ਗਈ ਸੀ। ਜੇ ਮਤਲਬ ਅਧਿਆਪਕ ਜਿਵੇਂ ਉਹ ਪਟਿਆਲੇ ਵਾਪਰੀ ਸੀ ਘਟਨਾ, ਉਹ ਕਿਤੇ ਉਸੇ ਰੂਪ ਦੇ ਵਿੱਚ ਹੀ ਕਿਤੇ ਡਟੇ ਰਹਿੰਦੇ ਅਤੇ ਸਰਕਾਰ ਆ ਜਿਹੜੀ ਉਹ ਸ਼ਾਇਦ ਉਹਨਾਂ ਦੀਆਂ ਹੋਰ ਮੰਗਾਂ ਵੀ ਆ ਜਿਹੜੀਆਂ ਉਹ ਪ੍ਰਵਾਨ ਕਰ ਲੈਂਦੀ। ਸੋ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੰਬੀ ਤਰੀਕ ਪਾ ਕੇ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਨੇ। ਚਲੋ, ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰ ਘੱਟੋ ਘੱਟ ਜੇ ਉਹਨੇ ਅਕਤੂਬਰ ਦਾ ਹੀ ਵਾਅਦਾ ਕੀਤਾ ਤਾਂ ਅਕਤੂਬਰ 'ਚ ਵੀ ਇਹਨੂੰ ਪੂਰਾ ਕਰ ਦੇਵੇ। ਚੱਲ ਕੇ ਅਧਿਆਪਕ ਪੂਰੀ ਤਨਖਾਹ ਦੀ ਮੰਗ ਕਰ ਰਹੇ ਨੇ, ਪਰ ਅੱਜ ਫਿਰ ਉਹੀ ਜਿਹੜੀ ਖ਼ਬਰ ਆ ਦੇਖਣ ਨੂੰ ਮਿਲਿਆ ਕਿ 15,300 ਰੁਪਈਆ 2 ਸਾਲ ਦੇ ਪ੍ਰੋਬੇਸ਼ਨ ਵਾਸਤੇ ਦਿੱਤਾ ਜਾਊਗਾ, ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਉਹਨਾਂ ਨੂੰ ਰੈਗੂਲਰ ਜਿਹੜੀ ਫੁੱਲ ਪੇ ਜਿਹੜੀ ਆ ਫੁੱਲ ਫਲਾਈ ਪੇ ਸਕੇਲ ਦਿੱਤਾ ਜਾਊਗਾ। ਕਿਉਂਕਿ ਸਰਕਾਰ ਦੀ ਆਪਾਂ ਸਮਝ ਹੀ ਸਕਦੇ ਹਾਂ ਜੀ, ਸਰਕਾਰਾਂ ਨੇ ਜਿਹੜੀਆਂ ਉਹ ਖੇਡਾਂ ਖੇਡਦੀਆਂ ਨੇ, ਚਲਾਕੀਆਂ ਕਰਦੀਆਂ ਨੇ, ਮਕਾਰੀ ਕਰਦੀਆਂ ਨੇ, ਉਹ ਕੁਛ ਆ ਜਿਹੜਾ ਉਹ ਇਹ ਕੈਪਟਨ ਜਿਵੇਂ ਬਾਦਲ ਦੀ ਸਰਕਾਰ ਕਰਦੀ ਰਹੀ ਆ, ਉਵੇਂ ਕੈਪਟਨ ਦੀ ਸਰਕਾਰ ਕਰ ਰਹੀ ਆ। ਠੀਕ ਹੈ ਕਿ ਉਹ ਉੱਪਰਲੀ ਨਜ਼ਰ ਸਾਨੂੰ ਇਹ ਲੱਗਦਾ ਕਿ ਮੰਗ ਮੰਨ ਲਈ ਆ,
ਪਰ ਜਦੋਂ ਅਸੀਂ ਉਹਦੀ ਡੂੰਘਾਈ ਨਾਲ ਜਾਂਚ ਕਰਦੇ ਹਾਂ ਤਾਂ ਆਪਾਂ ਨੂੰ ਇਹ ਲੱਗਦਾ ਵੀ ਸਭ ਕੁਛ ਨਾ ਫੋਨ ਵਾਲੀ ਗੱਲ ਆ। ਉਹ ਠੀਕ ਹੈ ਚਲੋ, ਮਤਲਬ ਆਪਾਂ ਫਿਰ ਉਹੀ ਗੱਲ ਕਰਦੇ ਹਾਂ ਕਿ ਘੱਟੋ ਘੱਟ ਸਰਕਾਰ ਨੇ ਜੇ ਕਿਹਾ ਵੀ ਆ ਕਿ ਅਕਤੂਬਰ 2019 'ਚ ਹੋਣਾ ਤਾਂ ਘੱਟੋ ਘੱਟ ਇਹ ਇੰਨਾ ਕੁ ਜ਼ਰੂਰ ਰੱਖੇ ਕਿ ਉਸ ਗੱਲ ਤੋਂ ਨਾ ਬਚੇ। ਤਾਂ ਕੁੱਲ ਕਹਿ ਇਹ ਕਿਹਾ ਜਾ ਸਕਦਾ ਕਿ ਸਰਕਾਰ ਨੇ ਸਿਰਫ ਇਹ ਵੀ ਡੰਗ ਟਪਾਊ ਨੀਤੀ ਅਪਣਾਈ ਇਹਨਾਂ ਨੇ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਪਹਿਲੇ ਗੱਲ ਕੀਤੀ ਹੈ ਕਿ ਉਹਨਾਂ ਨੇ ਤਾਂ 2000 ਜਿਹੜਾ ਮਈ ਆ ਰਹੀ ਆ, ਜਿਹੜੀ ਲੋਕ ਸਭਾ ਚੋਣਾਂ ਦੀ ਮਹੀਨਾ ਆ ਰਿਹਾ, ਉਹਨਾਂ ਨੇ ਤਾਂ ਉਹ ਲਗਾਉਣਾ ਇੱਕ ਵਾਰ ਤਾਂ। ਬਿਲਕੁਲ। ਸੋ ਉਦੋਂ ਤੱਕ ਤਾਂ ਉਹ ਬਹੁਤ ਕੁਛ ਆ ਜਿਹੜਾ ਉਹ ਲਾਲੀ ਪਾਪ ਆ, ਜਿਹੜਾ ਜਿਹਨਾਂ ਨੂੰ ਤੁਸੀਂ ਮਰਜ਼ੀ ਲਈ ਜਾਓ ਦੇਈ ਜਾਊਗੀ ਸਰਕਾਰ। ਸੋ ਗੱਲ ਤਾਂ ਇਹ ਆ ਕਿ ਜਦੋਂ ਚੋਣਾਂ ਲੰਘ ਜਾਣੀਆਂ ਨੇ ਉਹ ਤੋਂ ਬਾਅਦ ਸਰਕਾਰ ਦਾ ਵਤੀਰਾ ਕੀ ਹੋਊਗਾ। ਹਾਂ, ਇਹਦੇ ਬਾਰੇ ਅੱਜ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ। ਹਾਂ ਬਿਲਕੁਲ ਜੀ। ਇਹਨਾਂ ਸਾਹਿਬ, ਜਿਵੇਂ ਕਿ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਤਖ਼ਤ ਸ੍ਰੀ ਪਟਨਾ ਸਾਹਿਬ ਜਸਦਰ ਬਾਰੇ, ਗਿਆਨੀ ਇਕਬਾਲ ਸਿੰਘ ਬਾਰੇ, ਔਰ ਅੱਜ ਗਿਆਨੀ ਇਕਬਾਲ ਸਿੰਘ ਨੇ ਇੱਕ ਨਵੇਂ ਖੁਲਾਸੇ ਕੀਤੇ ਨੇ, ਉਹ ਖੁਲਾਸੇ ਕੀ ਨੇ, ਉਹਨਾਂ ਦਾ ਪੰਥਕ ਹਲਕਿਆਂ 'ਚ ਕੀ ਚਰਚਾ ਵਾ, ਇਹਦੇ ਬਾਰੇ ਆਪਣੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰੋ। ਦੇਖੋ ਜੀ, ਘਰ ਦਾ ਭੇਤੀ ਲੰਕਾ ਢਾਏ ਉਹ ਗਿਆਨੀ ਇਕਬਾਲ ਸਿੰਘ, ਕਿਉਂਕਿ ਜਿਹੜੀ ਉਹ ਸੌਦਾ ਸਾਧ ਨੂੰ ਮਾਫ਼ੀ ਦਿੱਤੀ ਸੀ ਉਹਦੇ 'ਚ ਸ਼ਾਮਿਲ ਸੀ, ਜਿਹੜੇ ਪੰਜ ਜਥੇਦਾਰ ਸਾਹਿਬਾਨ ਉਸ ਵੇਲੇ ਮਤਲਬ ਜਿਨ੍ਹਾਂ ਨੇ ਉਹ ਮਾਫ਼ੀ ਦਿੱਤੀ ਸੀ ਉਹਨਾਂ 'ਚੋਂ ਇੱਕ ਸੀ। ਉਹਨੇ ਮਤਲਬ ਇਹ ਖੁਲਾਸਾ ਹੁਣ ਇਸ ਵੇਲੇ ਕੀਤਾ ਵਾ ਕਿ ਉਹ ਜਿਹੜੀ ਮਾਫ਼ੀਨਾਮਾ ਸੀ ਉਹ ਵੀ ਝੂਠਾ ਸੀ ਜੀ, ਉਹ ਦਬਾਅ ਥੱਲੇ ਕੀਤਾ ਗਿਆ, ਗਿਆਨੀ ਗੁਰਮੁਖ ਸਿੰਘ ਨੇ ਉਹਨੂੰ ਟਾਈਪ ਕਰਾਇਆ, ਗਿਆਨੀ ਗੁਰਬਚਨ ਸਿੰਘ ਨੇ ਆਹ ਕੀਤਾ, ਅਤੇ ਉਹਦੇ ਨਾਲ ਵੀ ਨਾਲੇ ਕਿਹਾ ਵੀ ਜਿਹੜਾ ਜਿਹੜਾ ਉਹਨਾਂ ਨੇ ਰੋਲ ਨਿਭਾਇਆ ਵਾ ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਨੇ, ਉਹਦੇ ਬਾਰੇ ਉਹਨਾਂ ਨੂੰ ਤਲਬ ਕੀਤਾ ਜਾਵੇ। ਅੱਛਾ ਜੀ। ਸੋ ਮਤਲਬ ਗੱਲ ਇਹ ਆ ਕਿ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਮਤਲਬ ਚਾਹੇ ਜਾਣੇ 'ਚ ਅਤੇ ਚਾਹੇ ਅਣਜਾਣੇ 'ਚ ਆ ਜਿਹੜੀ ਉਹ ਜਿਹੜੀ ਤੋਪ ਦਾ ਮੂੰਹ ਆ ਉਹ ਫਿਰ ਬਾਦਲਾਂ ਦੇ ਘਰ ਵੱਲ ਮੋੜਤਾ, ਇੱਕ ਨਵੀਂ ਚਰਚਾ ਨੂੰ ਉਹਨਾਂ ਨੇ ਜਨਮ ਦਿੱਤਾ। ਨਵੀਂ ਚਰਚਾ ਨਹੀਂ, ਚਰਚਾ ਤਾਂ ਉਹੀ ਆ, ਮਤਲਬ ਪਹਿਲਾਂ ਜਿਹੜਾ ਮੂੰਹ ਇੱਧਰ ਉੱਧਰ ਸੀ ਉਹਨਾਂ ਨੇ ਸਹੀ ਮਤਲਬ ਉਹਨੂੰ ਸੇਧਤਾ ਕਿ ਹੁਣ ਤਾਂ ਘੱਟੋ ਘੱਟ ਸਾਡੇ ਸਾਹਮਣੇ ਆ, ਸਬੂਤ ਆ ਗਏ ਨੇ। ਬਿਲਕੁਲ। ਸੋ ਉਹ ਸਬੂਤ ਜਿਹੜੇ ਮਤਲਬ ਹੁਣ ਉਹ ਮਤਲਬ ਚਸ਼ਮਦੀਦ ਗਵਾਹ ਨੇ ਦਿੱਤੇ, ਜਿਹਦੇ ਕਰਕੇ ਮਤਲਬ ਠੀਕ ਆ ਕਿ ਆਪਾਂ ਉਹਦੇ ਕਰੈਕਟਰ ਬਾਰੇ ਕੱਲ੍ਹ ਵੀ ਗੱਲ ਕੀਤੀ ਸੀ ਕਿ ਅਸੀਂ ਉਸ ਉਹਦਾ ਜਿਹੜਾ ਚਰਿੱਤਰ ਰਿਹਾ ਗਿਆਨੀ ਇਕਬਾਲ ਸਿੰਘ ਦਾ, ਅਸੀਂ ਉਹਦੀ ਹਾਮੀ ਨਹੀਂ ਭਰਦੇ ਕਿਸੇ ਵੀ ਤਰ੍ਹਾਂ। ਇਹੋ ਜਿਹੇ ਚਰਿੱਤਰ ਵਾਲੇ ਬੰਦੇ ਆ ਜਿਹੜੇ ਉਹ ਜਥੇਦਾਰ ਨਹੀਂ ਹੋਣੇ ਚਾਹੀਦੇ, ਤਖ਼ਤਾਂ ਦੇ ਜਥੇਦਾਰ ਨਹੀਂ ਹੋਣੇ ਚਾਹੀਦੇ। ਪਰੰਤੂ ਹੁਣ ਜਿਹੜੀ ਗੱਲ ਉਹਨੇ ਬਾਦਲਾਂ ਨੂੰ ਨੰਗੇ ਕਰਨ ਵਾਲੀ ਕੀਤੀ ਆ, ਉਹਦੇ ਉਹਨੂੰ ਸਜ਼ਾ ਦੇ ਤੀ ਇਹਨਾਂ ਨੇ, ਇੱਕ ਮਿੰਟ ਨਹੀਂ ਲਾਇਆ ਉਹਨੂੰ ਲਾਂਭੇ ਕਰਨ ਤੋਂ। ਸੋ ਇਹ ਆਉਣ ਵਾਲੇ ਦਿਨਾਂ 'ਚ ਹੁਣ ਉਹ ਇਹੋ ਜਿਹੇ ਖੁਲਾਸੇ ਨੇ ਜਿਹੜੇ ਉਹ ਹੋਰ ਵੀ ਕਰੂਗਾ। ਹੁਣ ਉਹਨੇ ਮਤਲਬ ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਕੀਤੀ ਆ ਵੀ ਇਹਨਾਂ ਨੂੰ ਕਾਲ ਤਖ਼ਤ 'ਤੇ ਜਿਹੜਾ ਤਲਬ ਕਰੋ ਅਤੇ ਇਹਨਾਂ ਤੋਂ ਪੁੱਛੋ। ਸੋ ਉਹ ਜਦੋਂ ਹੁਣ ਉਹ ਖੁਦੋ ਆ ਜਿਹੜੀ ਉਹ ਉੱਧੜਨੀ ਸ਼ੁਰੂ ਹੋਣੀ ਆ ਮਾਫ਼ੀ ਵਾਲੀ, ਅਤੇ ਉਹਦੇ 'ਚੋਂ ਜਿਹੜੀਆਂ ਲੀਰਾਂ ਨਿਕਲਣੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ 'ਤੇ ਬਾਦਲਾਂ ਦਾ ਰਾਜ ਹੋਣਾ। ਔਰ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੇ, ਜਿੱਥੇ ਅਕਾਲੀ ਦਲ ਦਮ ਭਰਦਾ ਸੀ ਕਿ ਅਸੀਂ ਘੱਟੋ ਘੱਟ ਅੱਧ ਤਾਂ ਜ਼ਰੂਰ ਲੈ ਕੇ ਜਾਵਾਂਗੇ, ਇਹਨਾਂ 'ਤੇ ਕੀ ਅਸਰ ਪਊਗਾ? ਦੇਖੋ ਉਹ ਤਾਂ ਕੁਦਰਤੀ ਗੱਲ ਹੈ, ਦੇਖੋ ਇੱਕ ਇਹ ਮਸਲਾ ਹੋ ਗਿਆ, ਕਿਉਂਕਿ ਇਹ ਜਿਵੇਂ ਮਤਲਬ ਮੈਂ ਤਾਂ ਇਹ ਦੇਖੋ ਵੀ ਜਿਵੇਂ ਮੋਦੀ ਨੇ ਉਹ ਸਰਜੀਕਲ ਸਟਰਾਈਕ 2 ਕੀਤਾ ਪਾਕਿਸਤਾਨ 'ਚ ਜਾ ਕੇ ਮਤਲਬ ਹਮਲਾ ਕੀਤਾ ਅਤੇ ਉਹਨੂੰ ਗੁੱਠਾ ਪੈ ਗਿਆ। ਬਿਲਕੁਲ। ਹੁਣ ਇਹਨਾਂ ਨੇ ਪਟਨੇ ਜਾ ਕੇ ਉਹਦੇ 'ਤੇ ਹਮਲਾ ਕੀਤਾ ਅਤੇ ਇਹਨਾਂ ਨੂੰ ਬਾਦਲ ਗਿਆ ਨੂੰ ਵੀ ਗੁੱਠਾ ਪੈ ਗਿਆ। ਬਿਲਕੁਲ। ਜਿਹੜਾ ਉਹ ਬਾਦਲ ਕਹਿੰਦਾ ਸਰਜੀਕਲ ਸਟਰਾਈਕ ਆ ਜਿਹੜਾ ਉਹਦੇ 'ਤੇ ਗਿਆਨੀ ਇਕਬਾਲ ਸਿੰਘ 'ਤੇ ਉਹ ਵੀ ਉਹਨਾਂ ਨੂੰ ਪੁੱਠਾ ਪੈ ਗਿਆ ਕਿ ਉਹਨੇ ਮਤਲਬ ਇਹਨਾਂ ਦੇ ਪੋਤੜੇ ਆ ਜਿਹੜੇ ਉਹ ਪੋਲਤੇ ਆ, ਜਿਹੜਾ ਅੰਦਰੂਨੀ ਸੱਚ ਆ ਜਿਹੜਾ ਉਹ ਭਾਵੇਂ ਕਿ ਪਹਿਲਾਂ ਵੀ ਪਤਾ ਸੀ ਪਰ ਹੁਣ ਇੱਕ ਚਸ਼ਮਦੀਦ ਗਵਾਹ ਦੇ ਰਾਹੀਂ ਬਾਹਰ ਆ ਗਿਆ। ਸੋ ਇੱਕ ਤਾਂ ਮੁੱਦਾ ਉਹ ਦੁਆਰਾ ਮਤਲਬ ਉੱਭਰ ਕੇ ਸਾਹਮਣੇ ਆ ਗਿਆ, ਚਾਹੇ ਉਹ ਸੌਦਾ ਸਾਧ ਦੀ ਮਾਫ਼ੀ ਆ, ਚਾਹੇ ਉਹ
ਬਰਗਾੜੀ ਬੇਅਦਬੀ ਕਾਂਡ ਆ ਚਾਹੇ ਉਹ ਬਹਿਬਲ ਕਲਾਂ ਗੋਲੀ ਕਾਂਡ ਆ, ਕਿਉਂਕਿ ਸਾਰੇ ਮਿਲੇ ਹੋਏ ਨੇ ਇੱਕ ਦੂਜੇ ਦੇ ਨਾਲ, ਬਿਲਕੁਲ ਜੁੜੇ ਹੋਏ ਮੁੱਦੇ ਨੇ, ਇੱਕ ਦੂਜੇ ਨਾਲ ਦੂਜਾ ਤੀਜੇ ਨਾਲ ਜੁੜਿਆ ਹੋਇਆ। ਸੋ ਇਸ ਕਰਕੇ ਉਹ ਤਿੰਨੇ ਮੁੱਦੇ ਨੇ ਜਿਹੜੇ ਉਹ ਗਿਆਨੀ ਇਕਬਾਲ ਸਿੰਘ ਵੱਲੋਂ ਇਹ ਜਿਹੜਾ ਖੁਲਾਸੇ ਕੀਤੇ ਗਏ ਉਹਦੇ ਨਾਲ ਫਿਰ ਤਾਂ ਜਾਓਗੇ ਨੇ। ਅਤੇ ਅਗਲਾ ਜਿਹੜਾ ਇਹ ਆ ਕਿ ਮਨਤਾਰ ਸਿੰਘ ਬਰਾੜ ਦੀ ਜਿਹੜੀ ਅੱਜ ਜ਼ਮਾਨਤ ਦੀ ਅਰਜ਼ੀ ਰੱਦ ਹੋਈ ਆ। ਹਾਂਜੀ, ਸੋ ਜੇ ਹੁਣ ਮਨਤਾਰ ਸਿੰਘ ਬਰਾੜ ਕੱਲ੍ਹ ਨੂੰ ਗ੍ਰਿਫਤਾਰ ਕਰਦੀ ਆ ਸਿੱਟ, ਤੇ ਉਹ ਵੀ ਸਿੱਧਾ ਜਿਹੜੀ ਲਾਈਨ ਆ ਜਿਹੜੀ ਸਿੱਧੀ ਸਿੱਧਾ ਤੀਰ ਤੀਰ ਬਾਦਲਾਂ ਦੇ ਘਰੇ ਜਾਣਾ ਵਾ। ਸੋ ਇਹ ਕੁਦਰਤ ਦਾ ਨਿਯਮ ਆ, ਕੁਦਰਤ ਦੀ ਚੱਕੀ ਆ ਜਿਹੜੀ ਇਨਸਾਫ਼ ਦੀ ਚੱਕੀ ਆ। ਲੋਕ ਮਤਲਬ ਸਿਆਣਿਆਂ ਦੀ ਕਥਾ ਨੇ ਵੀ ਉਹ ਬਿਨਾਂ ਭਾਵੇਂ ਹੌਲੀ ਚੱਲਦੀ ਆ ਪਰ ਬਰੀਕ ਪੀਂਦੀ ਆ। ਦੇਖੋ ਇਹ ਜਿਹੜੇ ਬਾਦਲਾਂ ਨੇ ਮਤਲਬ ਕੌਮ ਦੇ ਨਾਲ ਗਦਾਰੀ ਕੀਤੀ ਹੋਈ ਆ, ਗੁਰੂ ਦੇ ਨਾਲ ਉਹਨਾਂ ਨੇ ਗਦਾਰੀ ਕੀਤੀ ਹੋਈ ਆ, ਸਿੱਖੀ ਦੀ ਹੋਂਦ ਨੂੰ ਜਿਹੜਾ ਉਹਨਾਂ ਨੇ ਖਤਰੇ 'ਚ ਪਾਇਆ, ਉਹਦੀ ਸਜ਼ਾ ਤਾਂ ਜਿਹੜੀ ਆ ਉਹ ਉਹਦੇ ਤੋਂ ਬਚ ਨਹੀਂ ਸਕਦੇ। ਸੋ ਇਹ ਸਾਰਾ ਕੁਛ ਜਿਹੜਾ ਕੁਝ ਵਾਪਰ ਰਿਹਾ ਇਹ ਉਸੇ ਪਾਸੇ ਇਸ਼ਾਰਾ ਕਰ ਰਿਹਾ। ਬਿਲਕੁਲ ਜੀ, ਕਿਉਂਕਿ ਹੁਣ ਬਾਦਲਾਂ ਦਾ ਵੀ ਜਿਹੜਾ ਸਿਆਸੀ ਅੰਤ ਆ ਉਹ ਬਿਲਕੁਲ ਨੇੜੇ ਆ ਚੁੱਕੇ ਆ। ਇਹਨਾਂ ਸਭ ਜਿਵੇਂ ਕਿ BJP ਚਰਚਾ ਦਾ ਵਿਸ਼ਾ ਬਣੀ, ਆਪਾਂ ਦੇਖਿਆ ਕਿ ਉਹਨਾਂ ਨੇ ਸਰਜੀ ਦਾ ਸਟ੍ਰਾਈਕ 2 ਕਰਵਾਇਆ ਔਰ ਆਪਣੇ ਰਾਜ ਭਾਗ 'ਚ ਉਹਨਾਂ ਨੇ ਜੋ ਕੁਛ ਕੀਤਾ ਸਾਰੇ ਸਾਹਮਣੇ ਆ। ਔਰ BJP ਦੇ ਇੱਕ ਸਿਰਮੌਰ ਨੇਤਾ ਮੰਨੇ ਜਾਂਦੇ ਲਾਲ ਕ੍ਰਿਸ਼ਨ ਅਡਵਾਨੀ, ਜਿਨ੍ਹਾਂ ਨੇ ਕਿਸੇ ਵੇਲੇ ਧੱਕੇ ਨਾਲ ਹੀ ਉਪ ਪ੍ਰਧਾਨ ਮੰਤਰੀ ਦੀ ਸਹੁੰ ਵੀ ਚੱਕੀ, ਔਰ ਅੱਜ ਕੱਲ੍ਹ ਉਹ ਬੜੇ ਖਾਮੋਸ਼ ਨੇ, ਕਿਤੇ ਉਹਨਾਂ ਦਾ ਕੋਈ ਬਿਆਨ ਨਹੀਂ ਨਜ਼ਰ ਆ ਰਿਹਾ ਇਸ ਸਰਜੀਕਲ ਸਟ੍ਰਾਈਕ ਬਾਰੇ ਵੀ, ਜਿਹੜਾ ਅਡਵਾਨੀ ਸਾਹਿਬ ਬਾਰੇ ਤਾਂ ਚਾਨਣਾ ਪਾਇਆ ਜਾਂਦਾ। ਦੇਖੋ ਮੰਮੀ ਭਾਅ ਜੀ, ਅੱਜ ਜਿਹੜਾ ਅਡਵਾਨੀ ਨੇ ਆਪਣੇ ਜਿਹੜੇ ਉਹਦੇ ਪਾਰਟੀ ਵੱਲੋਂ ਅਹੁਦੇ ਦਿੱਤੇ ਹੋਏ ਸੀ, ਉਹ ਕਮੇਟੀ ਦਾ ਜਾਂ ਜਿਹੜੀ ਉਹ ਦੂਸਰੀ ਮੇਨ ਇਹਨਾਂ ਦੀ ਹੈਗੀ ਆ ਉਹਦਾ ਉਹਦੀ ਮੈਂਬਰਸ਼ਿਪ ਤੋਂ ਉਹਨੇ ਅਸਤੀਫਾ ਦਿੱਤਾ। ਸੋ ਅਡਵਾਨੀ ਬਿਨਾਂ ਸ਼ੱਕ ਜਦੋਂ ਤੋਂ ਮੋਦੀ ਨੂੰ ਇਹਨਾਂ ਨੇ ਪ੍ਰਧਾਨ ਬਣਾਇਆ, ਉਹ ਤੋਂ ਬਾਅਦ ਫਿਰ ਉਹਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਬਣਾਇਆ, ਫਿਰ ਪ੍ਰਧਾਨ ਮੰਤਰੀ ਬਣਾਇਆ, ਕਿਉਂਕਿ ਉਹਨੂੰ ਸਾਈਡਲਾਈਨ ਕਰਤਾ। ਹਾਂ, ਇੱਕ ਸਮਾਂ ਸੀ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਬਿਨਾਂ ਵੀ ਭਾਜਪਾ ਦੇ ਵਿੱਚ ਅਡਵਾਨੀ ਹੁੰਦੀ ਸੀ, ਪਤਾ ਨਹੀਂ ਸੀ ਚੱਲਦਾ, ਪਤਾ ਨਹੀਂ ਸੀ ਚੱਲਦਾ। ਸੋ ਮੋਦੀ ਨੇ ਉਹਨੂੰ ਪੂਰੀ ਤਰ੍ਹਾਂ ਨੁਕਰੇ ਲਾ ਤਾ, ਕੋਈ ਉਹਦੀ ਪੁੱਛ ਨਹੀਂ, ਕੋਈ ਉਹਦੀ ਪ੍ਰਤੀਤ ਨਹੀਂ, ਬੜੇ ਸਮੇਂ ਤੋਂ ਆ ਜਿਹੜਾ ਉਹ ਇੱਕ ਤਰ੍ਹਾਂ ਨਾਰਾਜ਼ ਚੱਲਦਾ ਆ ਰਿਹਾ ਸੀ। ਬਿਲਕੁਲ। ਸੋ ਪਰੰਤੂ ਜਿਹੜਾ ਮੈਂ ਅੱਜ ਦੀ ਤਰੀਕ ਦੇ ਵਿੱਚ ਦੇਖ ਰਿਹਾ ਕਿ ਜਿਹੜਾ ਅਚਾਨਕ ਅਡਵਾਨੀ ਨੇ ਇਹ ਅਸਤੀਫੇ ਦਿੱਤੇ ਨੇ, ਇਹਨਾਂ ਦੇ ਪਿੱਛੇ ਇੱਕ ਹੋਰ ਕਾਰਨ ਵੀ ਹੋ ਸਕਦਾ। ਪਹਿਲਾਂ ਤਾਂ ਉਹ ਠੀਕ ਹੈ ਕਿ ਉਹ ਨਾਰਾਜ਼ ਆ, ਉਹ ਗੁੱਸੇ ਆ, ਰੋਸ ਆ ਉਹਨੂੰ ਕਿ ਇਹ ਬੰਦਾ ਜਿਹੜਾ ਮੈਂ ਪਾਰਟੀ ਨੂੰ ਖੜਾ ਕਰਨ ਵਾਲਾ, ਕਿਉਂਕਿ ਜੇ ਪਾਰਟੀ 2 ਤੋਂ ਮਤਲਬ 80 'ਤੇ ਪਹੁੰਚੀ, 80 ਤੋਂ ਜਾ ਕੇ ਉਹ 180 'ਤੇ ਪਹੁੰਚੀ ਅਤੇ ਫਿਰ ਹੁਣ ਇਹ 276 'ਤੇ ਪਹੁੰਚੀ, ਅਤੇ ਉਹਦੇ ਪਿੱਛੇ ਜਿਹੜੀ ਅਡਵਾਨੀ ਦੀ ਰੱਥ ਯਾਤਰਾ ਜਾਂ ਅਯੁੱਧਿਆ ਮੁੱਦਾ ਵਾ ਜਿਹੜਾ ਉਹਦਾ ਇੱਕ ਵੱਡਾ ਰੋਲ ਰਿਹਾ ਵਾ। ਉਹ ਮਤਲਬ ਜਿਹੜਾ ਇਹ ਮੰਨਦਾ ਇਸ ਗੱਲ ਨੂੰ ਕਿ ਮੈਂ ਪਾਰਟੀ ਨੂੰ ਮਤਲਬ ਇੱਥੋਂ ਤੱਕ ਲਿਆਉਣ ਵਾਲਾ ਅਤੇ ਮੈਨੂੰ ਨੁੱਕਰ ਲਾ ਤਾ, ਕਿ ਉਹਦੇ 'ਚ ਰੋਸ ਹੋਣਾ ਜਿਹੜਾ ਇਸ ਉਮਰ 'ਚ ਆ ਕੇ ਬਜ਼ੁਰਗ ਬੰਦੇ 'ਚ ਕੁਦਰਤੀ ਆ। ਜਾਂ ਤਾਂ ਇਹ ਹੋ ਸਕਦਾ ਕਿ ਉਹਨੇ ਮਤਲਬ ਉਸੇ ਰੋਸ ਦਾ ਜਿਹੜਾ ਪ੍ਰਗਟਾਵਾ ਕਰਨ ਦੇ ਲਈ ਇਹ ਅਸਤੀਫਾ ਦਿੱਤਾ ਹੋਵੇ। ਦੂਜਾ ਜਿਹੜਾ ਮੈਂ ਦੇਖ ਰਿਹਾ, ਕਿਉਂਕਿ ਭਾਜਪਾ ਜਿਹੜੀ ਪਾਰਟੀ ਆ ਇਹ ਬਾਣੀਆਂ ਲੋਕਾਂ ਦੀ ਪਾਰਟੀ ਆ, ਜਿਹੜੇ ਵਪਾਰੀ ਲੋਕਾਂ ਦੀ ਪਾਰਟੀ ਆ, ਅਤੇ ਨਾਲ ਦੀ ਨਾਲ ਮਕਾਰ ਲੋਕਾਂ ਦੀ ਪਾਰਟੀ ਵੀ ਆ, ਜਿਹੜੇ ਮਤਲਬ ਦੂਰ ਦੀ ਸੋਚਦੇ ਨੇ। ਅਤੇ ਅੱਜ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਮੋਦੀ ਦਾ ਜਿਹੜਾ ਉਹ ਸਰਜੀਕਲ ਸਟ੍ਰਾਈਕ 2 ਆ ਉਹ ਫੇਲ ਹੋ ਗਿਆ। ਬਿਲਕੁਲ, ਮੋਦੀ ਦੀ ਸਰਕਾਰ ਆਰਥਿਕ ਮੁੱਦਿਆਂ 'ਤੇ ਪਹਿਲਾਂ ਹੀ ਫੇਲ ਆ, ਕੋਈ ਮਤਲਬ ਉਹ ਗੱਲਬਾਤ ਹੈ ਕਿਸੇ ਤਰ੍ਹਾਂ ਦੀ ਰਹੀ ਨਹੀਂ ਹੈ। ਸੋ ਭਾਜਪਾ ਇਸ ਵੇਲੇ ਕਿਉਂਕਿ ਸੋਚ ਰਹੀ ਆ ਕਿ ਜੇ ਮੋਦੀ ਨੂੰ ਰਿਪਲੇਸ ਕੀਤਾ ਜਾਵੇ
ਉਹਦੀ ਜਗ੍ਹਾ ਕਿਹਨੂੰ ਦਿੱਤੀ ਜਾਵੇ, ਕਿਉਂਕਿ ਗੜਕਰੀ ਦਾ ਨਾਂ ਆ ਰਿਹਾ ਇੱਕ ਪਾਸੇ ਤਾਂ, ਬਿਲਕੁਲ ਗੜਕਰੀ ਦਾ ਨਾਂ ਤਾਂ ਇਸ ਤਰ੍ਹਾਂ ਆ ਰਿਹਾ ਵੀ ਜੇ ਮਤਲਬ ਪਾਰਟੀ ਆ ਜਿਹੜੀ ਭਾਜਪਾ ਜਿਹੜੀ ਉਹਨੂੰ ਪੂਰਨ ਬਹੁਮਤ ਨਹੀਂ ਮਿਲਦਾ, ਥੋੜੀਆਂ ਸੀਟਾਂ ਮਿਲਦੀਆਂ ਨੇ 200 ਦੇ ਆਸ ਪਾਸ, ਉਹਨੂੰ ਹੋਰ ਪਾਰਟੀਆਂ ਦੇ ਨਾਲ ਗੱਠਜੋੜ ਕਰਨਾ ਪੈਂਦਾ, ਅਤੇ ਫਿਰ ਸ਼ਾਇਦ ਮੋਦੀ ਨੂੰ ਕੋਈ ਪ੍ਰਵਾਨ ਨਾ ਕਰੇ, ਜਿਵੇਂ ਕੋਈ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਕੋਈ ਪ੍ਰਵਾਨ ਨਹੀਂ ਸੀ ਕਰਦਾ। ਸੋ ਉਹ ਉਹਨਾਂ ਨੂੰ ਲੱਗਦਾ ਕਿ ਫਿਰ ਜੇ ਉਹ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਗੜਕਰੀ ਨੂੰ ਮੂਹਰੇ ਕਰ ਦਿੱਤਾ, ਤੁਹਾਡੇ ਕਹਿਣ ਦਾ ਮਤਲਬ ਮੋਦੀ ਸਾਹਿਬ ਦਾ ਵੀ ਪਤਾ ਸਾਫ ਹੋ ਸਕਦਾ। ਅਤੇ ਜੋ ਹਾਲਾਤ ਬਣ ਰਹੇ ਨੇ, ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜੇ ਮੋਦੀ 2-4 ਦਿਨਾਂ ਦੇ ਵਿੱਚ ਕੋਈ ਸ਼ਰਾਰਤ ਆ ਜਿਹੜੀ ਉਹ ਵੋਟਾਂ ਵਾਲੀ ਸ਼ਰਾਰਤ ਆ ਜਿਹੜੀ ਜਿਹੜੀ ਦੇਸ਼ ਲਈ ਖਤਰਨਾਕ ਹੋਊਗੀ, ਉਹ ਨਹੀਂ ਕਰਦਾ। ਅਤੇ ਅੱਜ ਜੋ ਹਾਲਾਤ ਨੇ ਉਹ ਨਹੀਂ ਲੱਗਦੇ ਕਿ ਜੋ ਮੋਦੀ ਨੇ ਸੋਚਿਆ ਸੀ ਉਹ ਵਾਪਰੂਗਾ, ਭਾਜਪਾ ਜਿਹੜੀ ਉਹ ਪੂਰਨ ਬਹੁਮਤ ਲੈ ਕੇ ਜਾਊਗੀ, ਇਹ ਇਹ ਅੱਜ ਦੀ ਸਥਿਤੀ 'ਚ ਇਹ ਗੱਲ ਆ ਜਿਹੜੀ ਉਹ ਨਾਮੁਮਕਿਨ ਹੋ ਗਈ ਆ। ਸੋ ਉਹ ਜੇ ਮਤਲਬ ਅੱਜ ਮੋਦੀ ਦਾ ਅਡਵਾਨੀ ਦਾ ਅਸਤੀਫਾ ਆਇਆ, ਜੇ ਉਹਦੇ ਰੋਸ ਵਜੋਂ ਨਹੀਂ ਆਇਆ, ਜੇ ਮਤਲਬ ਸੰਘ ਪਰਿਵਾਰ ਦੀ ਸੋਚੀ ਸਮਝੀ ਸਕੀਮ ਜਾਂ ਸਾਜਿਸ਼ ਹੀ ਕਹਿ ਲਈਏ ਉਹਦੇ ਅਧੀਨ ਆਇਆ, ਤਾਂ ਇਹ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਜਿਹੜਾ ਲਾਲ ਕ੍ਰਿਸ਼ਨ ਅਡਵਾਨੀ ਆ ਉਹ ਮੰਦਰ ਦਾ ਮੁੱਦਾ ਭਾਰੂਗਾ ਫਿਰ। ਠੀਕ ਹੈ ਜੀ, ਉਹ ਕਹੂਗਾ ਦੇਖੋ ਜੀ ਮੋਦੀ ਕੁਛ ਨਹੀਂ ਕਰ ਸਕਿਆ, ਮੈਂ ਇਸ ਗੱਲ ਦਾ, ਕਿਉਂਕਿ ਰੱਥ ਯਾਤਰਾ ਮੈਂ ਕੀਤੀ ਸੀਗੀ, ਮੈਂ ਇਸ ਗੱਲ ਦਾ ਦੇਸ਼ ਵਾਸੀਆਂ ਦੇ ਨਾਲ ਵਾਅਦਾ ਕੀਤਾ ਸੀ ਅਤੇ ਮੈਂ ਉਹ ਵਾਅਦਾ ਪੂਰਾ ਕਰੂੰਗਾ। ਸੋ ਕਿਤੇ ਨਾ ਕਿਤੇ ਮੈਨੂੰ ਮਤਲਬ ਇਹਨਾਂ ਦੀ, ਕਿਉਂਕਿ ਮੈਂ ਇਹਨਾਂ ਦੀ ਜਿਹੜੀ ਜੋ ਇਹਨਾਂ ਦੀ ਔਕਾਤ ਆ, ਮੈਂ ਕਿਤੇ ਨਾ ਕਿਤੇ ਮਤਲਬ ਉਹਨੂੰ ਉਹਦੇ ਵਿੱਚ ਸ਼ੱਕ ਆ ਜਿਹੜਾ ਉਹ ਜ਼ਰੂਰ ਦਿਖਾਈ ਦਿੰਦਾ ਵੀ ਅਡਵਾਨੀ ਆ ਜਿਹੜਾ ਉਹਦੇ ਅਸਤੀਫੇ ਦੇ ਪਿੱਛੇ ਇੱਕ ਨਹੀਂ ਦੋ ਕਾਰਨ ਆ ਜਿਹੜੇ ਮੈਨੂੰ ਦਿਖਾਈ ਦਿੰਦੇ। ਇੱਕ ਤਾਂ ਉਹਦਾ ਰੋਸ ਹੋ ਸਕਦਾ, ਜੇ ਉਹਦਾ ਰੋਸ ਆ ਚਲੋ ਫਿਰ ਤਾਂ ਗੱਲ ਖਤਮ ਆ ਉੱਥੇ, ਜੇ ਉਹਦਾ ਰੋਸ ਨਹੀਂ ਤਾਂ ਭਾਜਪਾ ਜਿਹੜੀ ਉਹ ਮੋਦੀ ਨੂੰ ਛੱਡ ਕੇ ਅਡਵਾਨੀ 'ਚ ਫਿਰ ਦੁਬਾਰਾ ਅਡਵਾਨੀ ਦਾ ਪੱਤਾ ਖੇਡਿਆ ਜਾ ਸਕਦਾ, ਖੇਡਣਾ ਚਾਹੁੰਦੀ ਆ, ਅਤੇ ਫਿਰ ਤੁਹਾਡੇ ਸਾਹਮਣੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਰਾਮ ਮੁੱਦਾ ਜਿਹੜਾ ਉਹ ਅਡਵਾਨੀ ਸਾਹਿਬ ਨੂੰ ਮਨਾ ਕੇ ਦੁਬਾਰਾ ਵਾਪਸ ਜਾਂਦਾ ਜਾ, ਉਹ ਉਹਨੂੰ ਕੱਢ ਲੈਣਗੇ ਬਾਹਰ, ਸਰਜੀਕਲ ਦਾ ਜਿਹੜਾ ਉਹ ਪਿੱਛੇ ਚਲਿਆ ਜਾਊਗਾ, ਰਾਮ ਮੁੱਦਾ ਜਿਹੜਾ ਉਹ ਮੂਹਰੇ ਆ ਜਾਊਗਾ। ਤੁਹਾਡੇ ਕਹਿਣ ਦਾ ਮਤਲਬ ਜਿਵੇਂ ਇੱਕ ਚੰਗਾ ਖਿਡਾਰੀ ਜਾਂ ਚੰਗਾ ਮਦਾਰੀ ਆਪਣੇ ਜਿਹੜੇ ਉਹਦੇ ਜਾਦੂ ਮੰਤਰ ਵਾਲੇ ਦਿਖਾਵੇ ਹੁੰਦੇ ਨੇ, ਉਹ ਜਦੋਂ ਝੋਲੀ ਵਿੱਚੋਂ ਜਿਹਦੀ ਲੋੜ ਹੁੰਦੀ ਉਹਨੂੰ ਕੱਢ ਕੇ ਕੱਢ ਲੈਂਦੇ। ਔਰ ਹੁਣ ਅਡਵਾਨੀ ਸਾਹਿਬ ਸਿਆਸਤ ਦੀ ਝੋਲੀ ਵਿੱਚੋਂ ਬੀਜੇਪੀ ਵਾਲੀ 'ਚੋਂ ਬਾਹਰ ਆਉਣਗੇ ਔਰ ਉਹ ਮੋਦੀ ਨੂੰ ਰਿਪਲੇਸ ਕਰਨਗੇ, ਸੰਭਵ ਹੈ? ਬਿਲਕੁਲ ਇਹ ਹੋ ਸਕਦਾ ਔਰ ਇਹਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਿਆਰੇ ਦਰਸ਼ਕੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਅਤੇ ਵਿਚਾਰ, ਔਰ ਜਿੰਨੀਆਂ ਖਬਰਾਂ 'ਤੇ ਅੱਜ ਵਿਚਾਰ ਹੋਈ ਆ ਮੈਨੂੰ ਲੱਗਦਾ ਹੀਰਾ ਸਾਹਿਬ ਉਹਦਾ ਇੱਕੋ ਹੀ ਆ ਕਿ ਇਸ ਭੂਗੋਲ ਕੁਛ ਨਾ ਖੋਲ, ਔਰ ਸਿਆਸਤ ਦਾ ਬਿਲਕੁਲ ਉਹੀ ਆ ਵੀ ਜਿੰਨੇ ਨੂੰ ਆਪਾਂ ਸਿਆਸਤ ਨੂੰ ਇੱਥੇ ਵਿਚਾਰਾਂਗੇ ਉਨੇ ਹੀ ਉਹਦੇ ਹੋਰ ਪੱਖ ਜਿਹੜੇ ਨੇ ਸਾਹਮਣੇ ਆ ਜਾਣਗੇ। ਕਿਉਂਕਿ ਦੇਖੋ ਸਿਆਸਤ ਹੈ ਜਿਹੜੀ ਉਹ ਪੂਰਨ ਰੂਪ ਦੇ ਵਿੱਚ ਇੱਕ ਗੱਲ ਤਾਂ ਗੰਦੀ ਖੇਡ ਹੋ ਗਈ ਹੈ, ਦੂਜੀ ਵਪਾਰ ਹੋ ਗਿਆ। ਕਿਉਂਕਿ ਸਿਆਸਤ ਦੇ ਵਿੱਚੋਂ ਜਿਹੜਾ ਕਦੇ ਮਿਸ਼ਨ ਹੁੰਦਾ ਸੀਗਾ, ਸੇਵਾ ਭਾਵਨਾ ਹੁੰਦੀ ਸੀ, ਉਹ ਖਤਮ ਹੋ ਗਈ ਆ, ਹੁਣ ਤਾਂ ਸਿਰਫ ਲਾਹੇ ਵਾਲੀ ਗੱਲ ਰਹਿ ਗਈ ਹੈ। ਸੋ ਇਸ ਕਰਕੇ ਜਿਹੜਾ ਤੁਸੀਂ ਕਿਹਾ ਵੀ ਕੁਛ ਨਾ ਖੋਲ ਵਾਲੀ ਗੱਲ ਆ ਜਿਹੜੀ ਉਹ ਆਪਣੇ ਆਪ ਬਣ ਗਈ ਹੈ। ਹਾਂ ਬਿਲਕੁਲ। ਪਿਆਰ ਦਰਸ਼ਕੋ, ਮੈਨੂੰ ਆਸ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਏਗਾ। ਤੁਸੀਂ ਆਪਣੇ ਵਿਚਾਰ ਅਤੇ ਕਮੈਂਟ ਸਾਨੂੰ ਭੇਜ ਸਕਦੇ ਹੋ, ਸਦਾ ਸਵਾਗਤ ਰਹੇਗਾ। ਆਓ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਦਿਵਾ ਗਿਆ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।